ਨੂੰ ਲੈ ਕੇ ਬਹੁਤ ਸਾਰੀਆਂ ਜੜੀਆਂ ਨੇ ਅੱਗੇ ਕਟਨਾ ਕ੍ਰਮ ਸ਼ੁਰੂ ਹੋਣਾ ਪਰ ਇਸ ਦੇ ਵਿਚਾਲੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪ੍ਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਨੂੰ ਲੈ ਕੇ ਬੋਨਸ ਨੂੰ ਲੈ ਕੇ ਇਹ ਜਿਹੜੀ ਕੇਸ ਹੈ ਇਹ ਲੜਿਆ ਜਾ ਰਿਹਾ ਇਸ ਤੋਂ ਬਿਨਾ ਉੱਥੇ ਇੱਕ ਸੁਝਾਅ ਦਿੱਤਾ ਗਿਆ ਏ ਕਿ ਜਿਹੜੇ ਕੋਈ ਪ੍ਰਾਲੀ ਨੂੰ ਅੱਗ ਲਾਉਣਗੇ ਝੋਨੇ ਦੀ ਰਹਿਦ ਖੂੰਦ ਨੂੰ ਅੱਗ ਲਾਉਣਗੇ ਉਹਨਾਂ ਨੂੰ ਐਮਐਸਪੀ ਨਾ ਦਿੱਤੀ ਜਾਵੇ ਤੇ ਇਸ ਵੇਲੇ ਸਾਡੇ ਨਾਲ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ ਜਿਹੜੇ ਕਿਸਾਨਾਂ ਦੇ ਵੱਲੋਂ ਇਸ ਕੇਸ ਦੀ ਪੈਰਵੀ ਕਰ ਰਹੇ ਨੇ ਅੱਜ ਵੀ ਇਹ ਅਪੀਅਰ ਹੋਏ ਨੇ ਵੀਡੀਓ ਕਾਨਫਰੈਂਸਿੰਗ ਜਰੀਏ ਜਿਹੜੀ ਹੈ ਹੀਅਰਿੰਗ ਹੋਈ ਹੈ ਬਾਗੜੀ ਸਾਹਿਬ ਤੋਂ ਹੀ ਸਮਝਾਂਗੇ ਕਿ ਕੀ ਕੁਝ ਹੁਣ ਤੱਕ ਹੋ ਚੁੱਕਿਆ ਸੁਪਰੀਮ ਕੋਰਟ ਕੀ ਕਹਿ ਰਿਹਾ ਹੈ ਸਰਕਾਰਾਂ ਕੀ ਕਹਿ ਰਹੀਆਂ ਨੇ ਗੱਲ ਕਿੱਥੇ ਖੜੀ ਹੈ ਬਾਗੜੀ ਸਾਹਿਬ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਨਾਲ ਹੀ ਸਵਾਲ ਵੀ ਹੈ ਕਿ ਪਰਾਲੀ ਵਾਲੇ ਮਾਮਲੇ ਦੇ ਵਿੱਚ ਜੋ ਅੱਜ ਹੀਅਰਿੰਗ ਹੋਈ ਹੈ ਉਹਦੇ ਵਿੱਚ ਕੀ ਗੱਲਬਾਤ ਹੁਣ ਤੱਕ ਹੋਈ ਹੈ ਦੇਖੋ ਜੋ ਪੁਰਾਣਾ ਇਸ਼ੂ ਚੱਲ ਰਿਹਾ ਸੀ ਐਮਸੀ ਮਹਿਤਾ ਦੇ ਵਿੱਚ ਇਹ ਪਟੀਸ਼ਨ ਲੱਗੀ ਸੀ ਕਿਉਂਕਿ ਦਿੱਲੀ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਝੋਨੇ ਨੂੰ ਪੰਜਾਬ ਤੇ ਹਰਿਆਣਾ ਔਰ ਈਸਟ ਯੂਪੀ ਚ ਅੱਗ ਲੱਗਦੀ ਹੈ ਤਾਂ ਉੱਥੇ ਪੋਲਿਊਸ਼ਨ ਚ ਵਾਧਾ ਹੁੰਦਾ ਹੈ। ਹੂੰ ਔਰ ਇਹ ਪਿਛਲੇ ਸਾਲ ਦੀ ਗੱਲ ਹੈ ਜਦੋਂ 4 ਨਵੰਬਰ 2019 ਨੂੰ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਿਹਾ ਸੀ ਕਿ ਵੀ ਕਿਸਾਨਾਂ ਦੇ ਪਰਚੇ ਦਿਓ ਜੀ ਐਸਐਚਓ ਜਾਂ ਐਸਡੀਐਮ ਨਹੀਂ ਕਾਰਵਾਈ ਕਰਦਾ ਉਹਨਾਂ ਤੇ ਕਾਰਵਾਈ ਹੋਵੇ ਪ੍ਰਿੰਸੀਪਲ ਸੈਕਟਰੀਜ਼ ਨੂੰ ਕਾਲ ਕਰ ਲਿਆ ਸੀ। ਹੂੰ ਪਰ 6 ਨਵੰਬਰ ਤੋਂ ਜੋ 6 ਨਵੰਬਰ ਨੂੰ ਜਦੋਂ ਮੈਂ ਅਪੀਅਰ ਹੋ ਕੇ ਫਾਰਮਰਸ ਦਾ ਪੱਖ ਰੱਖਿਆ ਜੀ ਸੁਪਰੀਮ ਕੋਰਟ ਨੇ ਅਬਜ਼ਰਵ ਕਰਤਾ ਸੀ ਵੀ ਜਿਹੜਾ ਕਿਸਾਨੀ ਹੈ ਜਿਹੜਾ ਕਿਸਾਨ ਹੈ ਉਹ ਬੈਕਬੋਨ ਆਫ ਇਕਨੋਮੀ ਆਫ आवर ਕੰਟਰੀ ਇਹਨੂੰ ਮਾਰ ਕੇ ਅਸੀਂ ਜਿੰਦਾ ਨਹੀਂ ਰਹਿ ਸਕਦੇ ਔਰ ਇਹ ਕਹਤਾ ਸੀ ਜਿਹੜੇ ਕਿਸਾਨਾਂ ਨੇ ਸਮਾਲ ਤੇ ਮਾਰਜਨਲ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਤੁਸੀਂ 2400 ਰੁਪਏ ਪ੍ਰਤੀ ਏਕੜ 7 ਦਿਨ ਦੇ ਵਿੱਚ ਵਿੱਚ ਦਿਓ ਉਸ ਦੇ ਵਿੱਚ ਉਸੇ ਆਰਡਰ ਚ ਇੱਕ ਇਹ ਅੱਗੇ ਵਾਲਾ ਸਬਜੈਕਟ ਸੀ ਕਿ ਵੀ ਤੁਸੀਂ ਜਿਹੜੇ ਕਿਸਾਨ ਨੇ ਛੋਟੇ ਕਿਸਾਨ ਨੇ ਉਹਨਾਂ ਨੂੰ ਤੇ ਵੱਡਿਆਂ ਨੂੰ ਵੀ ਜਿਹੜੀ ਮਸ਼ੀਨਰੀ ਹੈ ਹੈਪੀ ਸੀਡਰ ਹੈ ਮਲਚਰ ਹੈ ਉਹ ਇੱਥੋਂ ਤੱਕ ਕਹਿਤਾ ਜਿਹੜਾ ਜਿਹੜੇ ਕੰਬਾਈਨ ਹਾਰਵੈਸਟਰ ਹੈ ਨਾ ਉਹਨੂੰ ਫ੍ਰੀ ਆਫ ਕਾਸਟ ਮਹਈਆ ਕਰਾਓ ਤੁਸੀਂ ਤਾਂ ਜੋ ਪਰਾਲੀ ਦੀ ਸਮੱਸਿਆ ਜਿਹੜੀ ਉਹਦਾ ਹੱਲ ਹੋ ਸਕੇ ਇਹ ਸੁਪਰੀਮ ਕੋਰਟ ਨੇ ਕਿਹਾ ਸੀ 6 ਨਵੰਬਰ 2019 ਦਾ ਆਰਡਰ ਹੈ ਪਰ ਇਹ ਇਹ ਗੱਲ ਹੋਈ ਕੋਈ ਇੰਪਲੀਮੈਂਟ ਹੋਇਆ ਇਸ ਤੇ ਜੋ ਗੱਲ ਕਹੀ ਗਈ ਸੀ ਸਰਕਾਰਾਂ ਨੂੰ ਉਸ ਤੇ ਸੁਪਰੀਮ ਕੋਰਟ ਦੇ ਆਰਡਰਾਂ ਤੇ ਕਿੱਥੇ ਗੱਲ ਪਹੁੰਚੀ ਪੰਜਾਬ ਸਰਕਾਰ ਹੈ ਜਿਨੇ ਪੂਰਾ ਮੁਆਵਜ਼ਾ ਰਿਲੀਜ਼ ਨਹੀਂ ਕਰਿਆ ਦੋ ਜ਼ਿਲ੍ਹਿਆਂ ਦੀ ਅਮਾਉਂਟ ਇਹਨਾਂ ਨੇ ਮਤਲਬ ਜਿਹੜਾ ਐਫੀਡੈਵਿਟ ਚੀਫ ਸਕੱਟਰੀ ਦਾ 900 ਕਰੋੜ ਰੁਪਏ ਰਿਲੀਜ਼ ਹੋਇਆ ਪੰਜਾਬ ਦਾ ਹਰਿਆਣਾ ਨੇ ਸਾਰਾ ਪੈਸਾ ਦੇ ਦੇ ਚੁੱਕਿਆ ਹਰਿਆਣਾ ਯੂਪੀ ਦੇ ਚੁੱਕੀ ਹੈ ਦਿੱਲੀ ਦਾ ਜੰਨਾ ਏਰੀਆ ਉਹਨੇ ਕਿੰਨਾ ਦੇਣਾ ਸੀ ਕਿੰਨਾ ਦਿੱਤਾ ਦੇਖੋ ਫਿਲਹਾਲ ਤੇ ਇਹਨਾਂ ਕੋਲ ਐਪਲੀਕੇਸ਼ਨਾਂ ਪਈਆਂ ਜਿਹੜੀਆਂ ਫਾਰਮਰਸ ਨੇ ਅੰਡਰਟੇਕਿੰਗ ਦਿੱਤੀਆਂ ਵੀ ਅਸੀਂ ਅੱਗ ਨਹੀਂ ਲਾਈ ਅਸੀਂ ਸਮਾਲ ਤੇ ਮਾਰਜਨਲ ਫਾਰਮਰਾਂ ਸਾਨੂੰ ਸਾਨੂੰ ਮੁਆਵਜ਼ਾ 2400 ਰੁਪਏ ਪ੍ਰਤੀ ਏਕੜ ਵਾਲਾ ਦਿਓ ਅੱਛਾ ਜਿਨ੍ਹਾਂ ਨੇ ਅੱਗ ਨਹੀਂ ਸੀ ਲਾਈ ਹੈਗੀ ਛੋਟੇ ਕਿਸਾਨ ਸੀਗੇ 2.5 ਏਕੜ ਤੱਕ ਤੇ 5 ਏਕੜ ਤੱਕ ਦੇ ਤੇ ਉਹਨਾਂ ਨੂੰ 2400 ਰੁਪਏ ਪ੍ਰਤੀ ਏਕੜ ਦੇਣਾ ਸੀ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਪਰ ਨਹੀਂ ਦਿੱਤਾ ਉਹ ਨਹੀਂ ਦਿੱਤਾ ਸੁਪਰੀਮ ਕੋਰਟ ਤੋਂ ਆਰਡਰ ਕਰਵਾਤੇ ਸੀ ਇਹ ਤੇ ਹੁਣ ਜਿਹੜਾ ਉਸ ਤੋਂ ਅੱਗੇ ਜਿਹੜਾ ਆਰਡਰ ਹੈ 13 1 2020 ਨੂੰ ਵਿੱਚ ਆਰਡਰ ਕਰ ਰਿਹਾ ਸੁਪਰੀਮ ਕੋਰਟ ਜਿੱਥੇ ਇਹ ਉਹਨਾਂ ਨੂੰ ਕੰਪਰੀਹੈਂਸਿਵ ਪਲਾਨ ਬਣਾ ਸਰਕਾਰਾਂ ਨੂੰ ਸੈਂਟਰਲ ਸਟੇਟ ਗਵਰਨਮੈਂਟਸ ਨੂੰ ਕਿ ਤੁਸੀਂ ਜਿਹੜਾ ਇਹਦਾ ਹੱਲ ਪੱਕਾ ਕਰੋ ਜਿਵੇਂ ਮੈਂ ਮੰਗ ਰਿਹਾ ਸੀ ਵੀ 2400 ਰੁਪਏ ਤੁਸੀਂ ਪ੍ਰਤੀ ਏਕੜ ਤਾਂ ਇਸ ਵਾਰ ਦੇਤਾ ਨੈਕਸਟ ਟਾਈਮ ਤੋਂ ਤੁਸੀਂ 2400 ਰੁਪਏ ਪਹਿਲਾਂ ਹੀ ਦੇ ਦਿਓ ਸੀਜ਼ਨ ਆਉਣ ਤੋਂ ਠੀਕ ਹੈ ਝੋਨੇ ਨੂੰ ਅੱਗ ਲਾਉਣ ਤੋਂ ਪਹਿਲਾਂ ਹੀ ਦੇ ਦਿਓ ਕਿਸਾਨਾਂ ਦੇ ਅਕਾਊਂਟਸ 'ਤੇ ਦੇ ਦਿਓ ਵੀ ਤੁਹਾਨੂੰ 2400 ਰੁਪਏ ਪ੍ਰਤੀ ਏਕੜ ਅਸੀਂ ਦੇ ਰਹੇ ਹਾਂ ਚਾਹੇ ਵੱਡਾ ਕਿਸਾਨ ਆ ਛੋਟਾ ਕਿਸਾਨ ਆ ਤੁਸੀਂ ਪ੍ਰਾਲੀ ਨੂੰ ਅੱਗ ਨਾ ਲਾਓ ਇਹਦਾ ਸਮਾਧਾਨ ਤੇ ਹੱਲ ਹੋ ਜਾਣਾ ਹੂੰ ਬਟ ਇਹਨਾਂ ਨੇ ਹੁਣ ਤੱਕ ਪਹਿਲਾ ਹੀ ਨਹੀਂ ਰਿਲੀਜ਼ ਕੀਤਾ ਇਹ ਮੈਂ ਪਿਛਲੀ ਡੇਟ ਤੇ ਵੀ ਕਿਹਾ ਸੀ ਤੁਸੀਂ ਨਿਊਜ਼ ਵੀ ਆਈ ਸੀ ਬਹੁਤ ਪੰਜਾਬ ਗਵਰਨਮੈਂਟ ਨੇ ਕਹਿਤਾ ਵੀ ਕੋਵਿਡ-19 ਦੀ وجہ ਨਾਲ ਸਾਡੇ ਕੋਲ ਫੰਡ ਅਵੇਲੇਬਲ ਨਹੀਂ ਹੈ ਸੈਂਟਰ ਤੋਂ ਵੀ ਪੁੱਛਿਆ ਸੈਂਟਰ ਨੇ ਵੀ ਕਹਿਤਾ ਵੀ ਅਸੀਂ ਤਾਂ ਐਮਐਸਪੀ ਦੇ ਰਹੇ ਹਾਂ ਅਸੀਂ ਹੋਰ ਪੈਸੇ ਨਹੀਂ ਦੇ ਸਕਦੇ ਜਿਹੜੀ ਅੱਜ ਸਭ ਤੋਂ ਕੁਐਸਚਨੇਬਲ ਗੱਲ ਹੋਈ ਹੈ ਉਹ ਇਹ ਹੋਈ ਹੈ ਕਿ ਇੱਕ ਐਪਲੀਕੇਸ਼ਨ ਮੂਵ ਕੀਤੀ ਜਾ ਰਹੀ ਕੀਤੀ ਗਈ ਹੈ ਮੈਂ ਉਹ ਕਹੂੰਗਾ ਉਹ ਮਿਸਚੀਵੀਅਸ ਹੈ ਉਹ ਸ਼ਰਾਰਤੀਪਨ ਹੈ ਪੰਜਾਬ 'ਚ ਤਾਂ ਪਹਿਲਾਂ ਹੀ ਵੱਡਾ ਐਜੀਟੇਸ਼ਨ ਚੱਲ ਰਿਹਾ ਹੈ ਕਿਹੜੀ ਐਮਐਸਪੀ ਮਿਲਦੀ ਹੈ ਜਿਵੇਂ ਸਰਕਾਰੀ EMPLOYES ਨੂੰ 6ਵਾਂ 7ਵਾਂ 8ਵਾਂ ਕਮਿਸ਼ਨ ਮਿਲਦਾ ਹੈ ਉਦਾਂ MSP ਵਾਧੀ ਹੈ ਕਦੇ 5 ਰੁਪਏ 10 ਰੁਪਏ ਉਹਵੇਂ ਮੰਗਿਆ ਹੋਇਆ ਸਾਰਾ ਕੁਝ ਪਟੀਸ਼ਨ ਚ ਉਹ ਤੇ ਕੀ ਅੱਜ ਅੱਜ ਜਿਹੜੀ ਸੁਝਾਅ ਆਇਆ ਹਾਂ ਅੱਜ ਜਿਹੜਾ ਸੁਝਾਅ ਉਹ ਐਪਲੀਕੇਸ਼ਨ ਚ ਆਇਆ ਕਿ ਤੁਸੀਂ ਇਦਾਂ ਕਰੋ ਅਗਰ ਤੁਸੀਂ ਇਹਨੂੰ ਅੱਗ ਲੱਗਣ ਤੋਂ ਰੋਕਣਾ ਹੈ ਤੁਸੀਂ MSP ਰੋਕ ਲਓ ਕਿਸਾਨਾਂ ਦੀ ਜਿਹੜਾ ਅੱਗ ਲਾਂਦਾ ਹੈ ਉਹਨੂੰ MSP ਨਾ ਦਿਓ ਤੁਸੀਂ ਕਿਸਾਨਾਂ ਦੇ ਬਿਲਕੁਲ ਉਲਟਾ ਗੱਲ ਇਹ ਇਹ ਤਾਂ ਅੱਗ ਲਾਣ ਵਾਲਾ ਕੰਮ ਹੈ MSP ਤਾਂ ਪਹਿਲਾਂ ਹੀ ਨਹੀਂ ਮਿਲਦੀ ਪਈ ਪਹਿਲਾਂ ਹੀ ਰੌਲਾ ਪਿਆ ਹੋਇਆ MSP ਨੂੰ ਲੈ ਕੇ ਤਾਂ ਇਸ ਵੇਲੇ ਸਰਕਾਰ ਜਿਹੜੇ ਕਿਸਾਨ ਨੇ ਸੜਕਾਂ ਤੇ ਨੇ ਇਹੀ ਅੰਦੋਲਨ ਚੱਲ ਰਿਹਾ ਹੈ ਬਿਲਕੁਲ ਐਕਟ ਬਣ ਗਏ ਨੇ ਪਹਿਲਾਂ ਹੀ ਉਹ ਤਾਂ ਪਹਿਲਾਂ ਹੀ ਇੰਪੈਡੀਮੈਂਟ ਨੇ ਕਿਸਾਨ ਨੂੰ ਕਿਹੜੀ MSP ਮਿਲਦੀ ਪਈ ਹੈ ਮੈਂ ਆਬਜੈਕਟ ਕੀਤਾ ਤੇ ਕੋਰਟ ਕਿਉਂਕਿ ਇਹ ਜਿਹੜੀ ਨਵੀਂ ਕੋਰਟ ਹੈ ਔਨਰੇਬਲ ਚੀਫ ਜਸਟਿਸ ਦੀ ਕੋਰਟ ਹੈ ਪਹਿਲਾਂ ਜਿਹੜੀ ਕੋਰਟ ਸੀ ਉਹ ਜਸਟਿਸ ਅਰਣ ਮਿਸ਼ਰਾ ਤੇ ਦੀਪਕ ਉਪਤਾ ਦਾ ਬੈਂਚ ਸੀ ਉਹ ਰਿਟਾਇਰ ਹੋ ਗਏ ਤੇ ਹੁਣ ਕੇਸ ਆ ਗਿਆ ਮੁਖ ਚੀਫ ਜਸਟਿਸ ਜੀ ਚੀਫ ਜਸਟਿਸ ਦੀ ਕੋਰਟ ਚ ਮੈਂ ਪ੍ਰੂਫ ਵੀ ਕਰਾਇਆ ਆਰਡਰ ਉਹਨਾਂ ਨੇ ਕਿਹਾ ਕਿ ਕਿੜੇ ਕਿੜੀਆਂ ਆਪਣੇ ਪੱਖ ਰੱਖਿਆ ਦਲੀਲਾਂ ਦਿੱਤੀਆਂ ਮੈਂ ਤੇ ਇਹ ਗੱਲ ਕਲੀਅਰ ਕਰਤੀ ਕਿ ਇਹ ਜਿਹੜਾ ਐਮਐਸਪੀ ਬੰਦ ਕਰਨ ਵਾਲਾ ਦਾ ਬਹੁਤ ਵੱਡਾ ਕੁਐਸਚਨ ਆ ਜਿਹੜੀ ਮੇਰੀ ਤੁਸੀਂ ਪਿੱਲ ਟਰਾਂਸਫਰ ਕੀਤੀ ਹੋਈ ਆ ਹਾਈ ਕੋਰਟ ਤੋਂ ਉਹ ਚ ਮੈਂ ਮੰਗਿਆ ਐਮਐਸਪੀ ਸਾਰੀਆਂ ਫਸਲਾਂ ਦਾ ਹੋਣਾ ਚਾਹੀਦਾ ਔਰ ਖਰੀਦ ਵੀ ਸਰਕਾਰੀ ਏਜੰਸੀਆਂ ਕਰਨ ਉਹ ਵਾਲੀ ਪਟੀਸ਼ਨ ਵੀ ਮੇਰੀ ਕਾਲ ਹੋਈ ਹੈ ਤੇ ਕੋਰਟ ਨੇ ਅੱਜ ਇਹ ਦਲੀਲਾਂ ਆਪੋਸ ਵਿੱਚ ਮੈਂ ਕੀਤਾ ਵੀ ਐਪਲੀਕੇਸ਼ਨ ਮਿਸਟਿਬੀਅਸ ਹੈ کورٹ ਨੇ ਬੇਸ਼ੱਕ ਨੋਟਿਸ ਕੀਤਾ ਉਹਦੇ ਚ ਔਰ ਅਗਲੇ ਹਫਤੇ ਲਈ ਜਿਹੜਾ ਕੇਸ ਦੀ ਸੁਣਵਾਈ ਰੱਖ ਲਈ ਹੈ ਦੁਬਾਰਾ ਜਿਹੜੀ ਗੱਲ ਸੀਗੀ ਕਿ 2400 ਰੁਪਿਆ ਦਿੱਤਾ ਜਾਊਗਾ ਪਹਿਲਾਂ ਉਹ ਬਾਅਦ ਵਿੱਚ ਆਲਾ ਸੀਗਾ ਤੇ ਹੁਣ ਤੁਸੀਂ ਮੰਗ ਕੀਤੀ ਸੀਗੀ ਕਿ ਜੇ ਪਰਾਲੀ ਨੂੰ ਅੱਗ ਲੱਗਣ ਤੋਂ ਬਚਾਉਣੀ ਹੈ ਵਾਤਾਵਰਣ ਨੂੰ ਬਚਾਉਣਾ ਕਿਉਂਕਿ ਤੁਹਾਡੇ ਯਾਦ ਹੋਵੇ ਤੇ ਟਿੱਪਣੀਆਂ ਹੁੰਦੀਆਂ ਸੀਗੀਆਂ ਕਿ ਗੈਸ ਚੈਂਬਰ ਬਣ ਗਈ ਦਿੱਲੀ ਉਦੋਂ ਟਿੱਪਣੀਆਂ ਹੋਈਆਂ ਸੀਗੀਆਂ ਜੱਜ ਸਹਿਬਾਨ ਦੇ ਵੱਲੋਂ ਤੇ ਦੁਆਰਾ ਇਸ ਤਰ੍ਹਾਂ ਨਾ ਹੋਵੇ ਕਿ 2400 ਰੁਪਿਆ ਤੁਸੀਂ ਪਹਿਲਾਂ ਦੇ ਦਿਓ ਇਸ ਤੇ ਗੱਲ ਕਿੱਥੇ ਖੜੀ ਆ ਹੁਣ ਉਹੀ ਤੁਹਾਨੂੰ ਮੈਂ ਦਿਖਾਨਾ ਹੈ ਇਹ ਗੱਲ ਹੈਗੀ ਨਵੰਬਰ 2019 ਦੀ ਗੈਸ ਚੈਂਬਰ ਬਣ ਗਿਆ ਉਸ ਟਾਈਮ ਮੈਂ ਕੋਰਟ ਦੇ ਵਿੱਚ ਹਰਿੰਗ ਹਰ ਹੇਅਰਿੰਗ ਦੇ ਵਿੱਚ ਮੈਂ ਪ੍ਰੈਜ਼ੈਂਟ ਹੁੰਦਾ ਸੀ ਵੀ ਕੋਈ ਪੱਖ ਰਹਿ ਨਾ ਜਾਵੇ ਕਿਸਾਨਾਂ ਦਾ ਆ ਦੇਖੋ 13 1 2020 ਦਾ ਆਰਡਰ ਤੁਸੀਂ ਦਿਖਾ ਸਕਦੇ ਹੋ ਇਹ ਆਰਡਰ ਤੁਸੀਂ ਇੱਕ ਵਾਰ ਪੜੋ ਸਭ ਤੋਂ ਪਹਿਲਾ ਜਿਹੜਾ 57 ਨੰਬਰ ਪੈਰੇ 'ਚ ਹੈ ਉਹ 'ਚ ਕਿਹਾ ਹੈ ਕਿ With respect to preventing stubble burning, let a comprehensive plan be prepared and be placed before this court, including the action taken. Mm. Let crop residue management is prepared, its use inter alia in, as fertilizer, cattle, uh, cattle food, biofuel be also worked out. Let the final decision be taken with respect to any incentive and disincentive of rupees 100 per quintal. ਐਂਡ ਇਨ ਸੇਟੂ ਫਾਰਮਿੰਗ 100 ਪਰ ਕੁਇੰਟਲ ਇਹ ਪੰਜਾਬ ਗਵਰਨਮੈਂਟ ਦਾ ਐਫੀ ਡੈਵਿਡ ਆ ਵੀ 1 ਕਿੱਲੇ ਦੇ ਵਿੱਚ 24 ਕੁਇੰਟਲ ਝੋਨਾ ਹੁੰਦਾ ਠੀਕ ਹੈ 2400 ਰੁਪਿਆ ਬਣ ਗਿਆ ਮਤਲਬ 100 ਰੁਪਿਆ ਪ੍ਰਤੀ ਕੁਇੰਟਲ ਤੇ 2400 ਰੁਪਿਆ ਪ੍ਰਤੀ ਏਕੜ ਇਹੇ ਆਰਡਰ ਹੈ 13 ਇਹ ਆਰਡਰ ਦਿਖਾ ਦਿਓ ਤੁਸੀਂ ਇਹ ਹੈਗਾ 13 1 ਦਾ ਜੀ ਇਹ 13 1 2020 ਦਾ ਆਰਡਰ ਹੈ ਜਿਹੜਾ ਆਰਡਰ ਨਵੰਬਰ ਚ ਹੋਇਆ ਉਹ ਹੈਗਾ 6 ਨਵੰਬਰ 2019 ਦਾ ਇਹਦੇ ਵਿੱਚ ਉਹਨਾਂ ਨੇ ਕਹਿਤਾ 100 ਰੁਪਿਆ ਦੋ ਉਦੋਂ ਮੈਨੂੰ ਸੁਣ ਕੇ ਕਹਤਾ ਸੀ ਵੀ ਜਿਨੇ ਅੱਗ ਨਹੀਂ ਲਾਈ ਉਹਨਾਂ ਨੂੰ 100 ਰੁਪਏ ਦੇ ਦੋ ਉਹ ਤੋਂ ਬਾਅਦ ਕੋਰਟ ਮੇਰੇ ਨਾਲ ਐਗਰੀ ਕਰਕੇ ਕਹਿੰਦਾ ਕਿ ਤੁਸੀਂ ਹੁਣ ਐਕਟ ਤੇ ਪਾਲਿਸੀ ਇਹ ਗਵਰਨਮੈਂਟ ਨੇ ਬਣਾਣੀ ਹੈ ਨਾ ਕੋਰਟ ਨੇ ਨਹੀਂ ਬਣਾਣੀ ਕੋਰਟ ਨੇ ਤਾਂ ਡਾਇਰੈਕਸ਼ਨ ਕਰਨੀ ਹੈ ਤੁਸੀਂ ਬਣਾਓ ਹੁਣ ਇਹ ਤੋਂ ਵੱਡਾ ਆਰਡਰ ਕੀ ਹੋ ਸਕਦਾ ਸੀ ਸੈਂਟਰਲ ਤੇ ਸਟੇਟ ਗਵਰਨਮੈਂਟ ਲਈ ਕਿ ਤੁਸੀਂ 100 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੱਕਾ ਐਕਟ ਜਾਂ ਕੋਈ ਤੁਸੀਂ ਪਾਲਿਸੀ ਬਣਾ ਕੇ ਆਓ ਜਿਹੜੀ ਤੁਸੀਂ ਹਰ ਸਾਲ ਕਿਸਾਨਾਂ ਨੂੰ ਦੋ ਅਸੀਂ ਹਰ ਸਾਲ ਕਿਦਾਂ ਕਿਦਾਂ ਕੋਰਟ ਹਰ ਸਾਲ ਆਰਡਰ ਥੋੜੋ ਨਾ ਕਰੂਗੀ ਕੋਰਟ ਬਿਲਕੁਲ ਹਰ ਵਾਰ ਥੋੜੋ ਹੁਣ ਪਟੀਸ਼ਨਾਂ ਦਾਇਰ ਹੋਣਗੀਆਂ ਹਰ ਵਾਰ ਹੀਅਰਿੰਗ ਹੋਊਗੀ ਹਰ ਵਾਰ ਅਦਾਲਤਾਂ ਫੈਸਲੇ ਸੁਣਾਉਣਗੀਆਂ ਇਦਾਂ ਥੋੜੋ ਹੋਊਗਾ ਇਦਾਂ ਇਹੀ ਇਹੀ ਆਰਡਰ ਇਹ ਤੋਂ ਵੱਡਾ ਇਹ ਆਰਡਰ ਹੈ ਇਹ ਆਰਡਰ ਪਾਸ ਕੀਤਾ ਹੋਇਆ ਹੈ ਪਰ ਹੁਣ ਸਰਕਾਰ ਵੱਲੋਂ ਕੋਈ ਪੇਸ਼ ਹੋਇਆ ਐਡਵੋਕੇਟ ਜਰਨਲ ਸੋਲੀਸਟਰ ਜਰਨਲ ਕੋਈ ਕੀ ਕੁਝ ਹੋਵੇ ਸੋਲੀਸਿਟਰ ਜਰਨਲ ਆਫ ਇੰਡੀਆ ਨੇ ਇਹ ਮੇਰੀ ਗੱਲ ਨਾਲ ਐਗਰੀ MSP ਨਾਲ ਖਿਲਵਾੜ ਨਹੀਂ ਹੋ ਸਕਦਾ ਵਾਟਐਵਰ ਔਰਲੀ ਹੀ ਹੈਜ਼ ਕੰਟੈਂਡਡ ਟੂਡੇ ਇਟਸੈਲਫ ਬਿਫੋਰ ਦੀ ਬੈਂਚ ਥੈਟ ਐਮਐਸਪੀ ਕਾਂਟ ਬੀ ਡਿਸਟਰਬਡ ਉਹ ਤਾਂ ਪਹਿਲਾਂ ਹੀ ਲੋਅਰ ਸਾਈਡ ਤੇ ਹੈ ਬਿਲਕੁਲ ਉਹ ਇੱਕ ਜਿਹੜਾ ਕੁਐਸਚਨ ਇਹ ਹੈ ਜੇ ਹੁਣ ਆ ਅੱਗੇ ਵਾਲਾ ਜਿਹੜਾ ਇਹ ਚ ਆਰਡਰ ਚ 13 ਵਾਲੇ ਚ ਹੋਇਆ ਇਹੀ 6 ਨਵੰਬਰ ਵਾਲੇ ਚ ਹੈ ਸਮਾਲ ਮਾਰਜਨਲ ਫਾਰਮਰਸ ਨੂੰ ਸਾਰੀ ਜਿਹੜਾ ਮੈਕੈਨਿਜ਼ਮ ਹੈ ਤੁਸੀਂ ਫ੍ਰੀ ਆਫ ਕੋਸਟ ਜਿਹੜਾ ਉਹ ਪ੍ਰੋਵਾਈਡ ਕਰਨਾ ਇਹ ਇਹ ਸੈਕੰਡ ਪੈਰੇ ਚ ਇੱਥੋਂ ਤੱਕ ਬਣਾਇਆ ਹੋਇਆ ਹੈ ਕੀ ਕੰਬਾਈਨ ਹਾਰਵੇਸਟਰ ਜਿਹੜਾ ਕੰਬਾਈਨ 30 ਲੱਖ ਦਾ ਸੁਣ ਕੇ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਹਿਤਾ ਸੀ ਵੀ ਕੰਬਾਈਨ ਹਾਰਵੇਸਟਰ ਵੀ ਤੁਸੀਂ ਮੁਹੱਈਆ ਕਰਾਓ ਕਿਸਾਨਾਂ ਨੂੰ ਸਰ ਪੜੋ ਨਾ ਅੱਜ ਦੇਖੋ ਕੰਬਾਈਨ ਹਾਰਵੇਸਟਰ ਹੈਪੀ ਸੀਡ ਹਾਈਡਰੌਲੀਕਲੀ ਰਿਵਰਸੀਬਲ ਐਮਪੀ ਪਲੋ ਪੈਡੀ ਸਟਰਾ ਚੋਪ ਮਲਚਰ ਰੋਟਰੀ ਸੈਲਚਰ 0 till seed drill and rotavators and biller especially dedicated to small and marginal farmer ਸਰਕਾਰ ਕਹਿੰਦੀ ਹੈ ਕਿ ਅਸੀਂ ਦਿੱਤਾ ਹੈ ਕਿ ਅਸੀਂ ਸਬਸਿਡੀਆਂ ਤੇ ਦਿੱਤੇ ਨੇ ਹੈਪੀ ਸੀਡਰ ਦਿੱਤੇ ਨੇ ਕੁਝ ਹੱਦ ਤੱਕ ਸਰ ਮੈਂ ਐਪਲੀਕੇਸ਼ਨ ਇੱਕ ਮੂਵ ਕੀਤੀ ਹੈ ਸੁਪਰੀਮ ਕੋਰਟ ਜਿਹਦੇ ਵਿੱਚ ਕਿਸਾਨਾਂ ਨੂੰ ਇਹ ਹੀ ਨਹੀਂ ਪਤਾ ਲੱਗਾ ਹੁਣ ਦੀ ਗੱਲ ਹੈ 2020 ਦੀ ਉਹਨਾਂ ਨੇ ਅਪਲਾਈ ਕੀਤਾ ਕਿ ਸਾਨੂੰ ਤੁਸੀਂ ਸਬਸਿਡੀ ਤੇ ਪ੍ਰੋਵਾਈਡ ਕਰੋ ਕਹਿੰਦੇ ਨਹੀਂ ਜੀ ਡੀਸੀ ਜਿਹੜਾ ਹੈ ਉਹ ਲੋਟਰੀ ਸਿਸਟਮ ਦੇ ਨਾਲ ਇਹ ਮੁਹैया ਕਰਾਊਗਾ ਡਰਾ ਸਿਸਟਮ ਡਰਾ ਸਿਸਟਮ ਉਹ ਲੋਟਰੀ ਸਿਸਟਮ ਡਰਾ ਸਿਸਟਮ ਦੇ ਨਾਲ ਉਹਨਾਂ ਦਾ ਕ੍ਰਿਵਿਆਨ ਸਾਹਿਬ ਵੀ ਅਸੀਂ ਪੈਸੇ ਲੈ ਕੇ ਵੀ ਖੜੇ ਆ ਵੀ ਸਾਨੂੰ ਤੁਸੀਂ ਸਬਸਿਡੀ ਤੇ ਦੇ ਦਿਓ ਐਪਲੀਕੇਸ਼ਨਾਂ ਬਹੁਤ ਅੰਜਾਂ ਮਿਲਿਆ ਨਹੀਂ ਪਰ ਮਿਲਿਆ ਨਹੀਂ ਬਹੁਤ ਤੁਸੀਂ ਕਿਸੇ ਮੈਂ ਸੰਗਰੂਰ ਦੀ ਅਮਰਤਸਰ ਦੀ ਅਲੱਗ-ਅਲੱਗ ਜ਼ਿਲ੍ਹਿਆਂ ਦੇ ਜਿਹੜੇ ਮੇਰੇ ਨਾਲ ਸੰਪਰਕ 'ਚ ਨੇ ਉਹਨਾਂ ਦਾ ਔਨ ਰਿਕਾਰਡ ਪਿਆ ਹੋਇਆ ਹੈ ਯਕੀਨ ਸਾਹਿਬ ਇੱਕ ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਮਸ਼ੀਨ ਪਹਿਲਾਂ ਆਉਂਦੀ ਸੀਗੀ ਜਦੋਂ ਉਹ ਸਰਕਾਰ ਦੇ ਥਰੂ ਆਉਣ ਲੱਗੀ ਹੈਪੀ ਸੀਡਰ ਸਬਸਿਡੀ ਉਹਦਾ ਰੇਟ ਹੀ ਵਧ ਗਿਆ ਇਹ ਮੇਰੀ ਇਹ ਪ੍ਰੇਅਰ ਵੀ ਹੈ ਤੁਸੀਂ ਮੈਂ ਇਹ ਕਿਹਾ ਵੀ ਕੋਰਟ ਜਿਹੜਾ ਇਹ ਫੰਡ ਹੈ ਨਾ ਐਗਰੀਕਲਚਰ ਦੇ ਨਾਂ ਤੇ ਇੱਕ ਤਾਂ ਯੂਨੀਵਰਸਿਟੀਆਂ ਐ ਐਗਰੀਕਲਚਰ ਯੂਨੀਵਰਸਿਟੀਆਂ ਇਹਨੂੰ ਮਤਲਬ ਮਿਸਯੂਜ਼ ਕਰ ਰਹੀਆਂ ਇੱਕ ਕਿਸਾਨੀ ਦੇ ਨਾਂ ਤੇ ਜਿਵੇਂ ਡਿਫੈਂਸ ਦਾ ਫੰਡ ਹੈ ਇਹ ਜਿੰਨੇ ਸੰਸਥਾ ਬਣੀਆਂ ਹੋਈਆਂ ਨੇ ਜਿਵੇਂ ਹੁਣ ਸਬਸਿਡੀ ਹੈ ਸਬਸਿਡੀ ਆਂਦੀ ਤਾਂ ਸੈਂਟਰ ਜਾਂ ਸਟੇਟ ਤੋਂ ਆਂਦੀ ਹੈ ਨਾ ਹੈ ਤਾਂ ਉਹ ਟੈਕਸੇਬਲ ਟੈਕਸ ਵਾਲਾ ਇਨਕਮ ਜਿਹੜੀ ਲੱਗਣੀ ਹੈ ਇਹਨਾਂ ਨੇ ਕੀ ਕੀਤਾ ਹੋਇਆ ਇਹਨਾਂ ਨੇ ਲਾਇਸੈਂਸ ਉਹਨਾਂ ਇੰਡਸਟਰੀਜ਼ ਨੂੰ ਆਥਰਾਾਈਜ਼ ਕੀਤਾ ਹੋਇਆ ਜਿਨ੍ਹਾਂ ਜਿਨ੍ਹਾਂ ਦਾ ਇਹਨਾਂ ਨਾਲ ਸਾਂਡਗਾਂਡ ਹੈ ਕੋਈ ਜਿਹੜੀ ਮਸ਼ੀਨ ਦੀ ਵੈਸੇ ਕੋਸਟ ਲੱਖ ਰੁਪਿਆ ਹੈ ਉਹਨਾਂ ਨੇ ਪਹਿਲਾਂ ਹੀ 2 ਲੱਖ ਰੱਖੀ ਹੋਈ ਹੈ ਕਿਸਾਨ ਨੂੰ ਸਾਡੇ ਮਾਇਰ ਪੂਰੇ ਕਰਦੇ ਨੇ ਅਸੀਂ ਤਾਂ ਲਈ ਆ ਉਹ ਪੁੱਛਿਆ ਜਾਂਦਾ ਸੀ ਪੁੱਛਦੇ ਆ ਇੱਕ ਗੁਜਰਾਤ ਮਾਡਲ ਹੈ ਉਹਦੇ ਚ ਇਹ ਹੈ ਵੀ ਕਿਸਾਨ ਜਿੱਥੋਂ ਮਰਜ਼ੀ ਲਵੇ ਆਪਣਾ ਜਿਹੜੀ ਮਿਲੂਗੀ ਬਿੱਲ ਲਿਆਵੇ ਉਹਨੂੰ 50% ਸਬਸਿਡੀ ਦੇ ਦੋ ਇਹ ਵੀ ਕੰਟੈਂਸ਼ਨ ਹੈ ਦੇਖੋ ਹੁਣ ਕੁਐਸਚਨ ਇਹ ਹੈ ਉਹ ਜਿਹੜਾ ਪਟੀਸ਼ਨ ਜਿਹਦੇ ਵਿੱਚ ਇਹ ਸੁਣਵਾਈ ਹੋ ਰਹੀ ਹੈ ਅਸਲ ਵਿੱਚ ਉਹ ਹੈ ਐਮਸੀ ਮਹਿਤਾ ਵਰਸਸ ਯੂਨੀਅਨ ਆਫ ਇੰਡੀਆ 1985 ਦੀ 85 ਦੀ এনवायरमेंट ਵਾਲੀ ਰਿਟ ਪਟੀਸ਼ਨ ਹੈ ਉਹਦੇ ਵਿੱਚ ਕੋਲ ਦਾ ਪੂਰੇ ਇੰਡੀਆ ਦਾ ਜਿੱਥੇ ਵੀ ਕੋਈ ਪ੍ਰੋਬਲਮ ਆਂਦੀ ਹੈ ਜਿਵੇਂ ਐਮਸੀ ਦਾ ਕੋਈ ਜੂਰਿਸਡਿਕਸ਼ਨ ਦੇ ਵਿੱਚ ਟੋਏ ਖੱਡੇ ਭਰਨ ਵਾਲਾ ਕਿਸੇ ਵੀ ਕਿਸਮ ਦਾ এনवायरमेंट ਦਾ ਇਸ਼ੂ ਹੈ ਉਹ ਚਾਹੁੰਦਾ ਚਲੋ ਵਕੀਲ ਸਾਹਿਬ ਫਿਰ ਐਸੇ ਇਸ਼ੂ ਤੇ ਆ ਜੀਏ ਵੀ ਹੁਣ ਹੀਅਰਿੰਗ ਤਾਂ ਹੋ ਗਈ ਹੈ ਅੱਜ ਅਗਲੀ ਤਾਰੀਖ ਕਿੰਨੀ ਪੈਗੀ ਉਹ ਵੀ ਦੱਸ ਦਿਓ 16th ਆਫ ਅਕਤੂਬਰ ਲਈ ਮੋਸਟਲੀ ਲਿਸਟ ਹੁੰਦਾ ਵੈਸੇ ਸੁਪਰੀਮ ਕੋਰਟ ਡੇਟ ਟੈਂਟੇਟਿਵ ਆਂਦੀ ਹੈ ਅਗਲੇ ਹਫਤੇ ਲਈ ਲਿਸਟ ਹੋਏਗਾ ਠੀਕ ਹੈ ਹੁਣ ਜਿਹੜੀ ਗੱਲ ਹੈ ਦੇਖੋ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਅੱਜ ਵੀ ਕਈ ਥਾਵਾਂ ਤੋਂ ਫੋਟੋਆਂ ਆਉਣੀਆਂ ਸ਼ੁਰੂ ਹੋ ਗਈਆਂ ਸੈਟੇਲ ਪਰਚੇ ਵੀ ਹੋਣਗੇ ਜੁਰਮਾਨੇ ਵੀ ਹੋਣਗੇ ਸਾਰਾ ਕੁਝ ਹੋਊਗਾ ਜੀ ਜੁਰਮਾਨਾ ਜਿਹੜਾ ਪਹਿਲਾਂ ਲੱਗਦਾ ਸੀ ਉਹ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਕਲੀਅਰ ਕਰ ਦੇਣਾ ਚਾਹੁੰਦਾ ਜਿਹੜਾ ਜੁਰਮਾਨਾ ਐਨਜੀਟੀ ਦੇ ਆਰਡਰ ਦੇ ਮੁਤਾਬਕ ਲੱਗਦਾ ਸੀ ਉਹ ਮੈਂ ਪਹਿਲਾਂ ਹੀ ਹਾਈ ਕੋਰਟ ਤੋਂ ਸਟੇ ਕਰਾਤਾ ਸੀ ਉਹ ਸੁਪਰੀਮ ਕੋਰਟ ਚਲਾ ਗਿਆ ਉਹ ਹੁਣ ਉਹ ਹੁਣ ਸਟੇ ਸਟੇਟਸ ਕੋ ਹੈਗਾ ਮਤਲਬ ਉਦਾਂ ਰਿਕਵਰੀ ਤੇ ਸਟੇ ਹੈ 1 ਰੁਪਿਆ ਕਿਸੇ ਕਿਸਾਨ ਤੋਂ ਅੱਗ ਲਾਈਦਾ ਨਾਂ ਲਿਆ ਉਹ ਤੋਂ ਬਾਅਦ ਜੇ ਕੋਈ ਲੈਣਗੇ ਇਹਨਾਂ ਤੇ ਕੰਟੈਂਪਟ ਬਣੂਗੀ ਠੀਕ ਹੈ ਪਰਚੇ ਹੁਣ ਤੱਕ ਜਿੱਥੋਂ ਦਾ ਮੁੱਦਾ ਹੈ ਇਹ ਵੱਡੀ ਗੱਲ ਹੈ ਕਿ ਜੇ ਕੋਈ ਅੱਗ ਲਾਉਂਦਾ ਹੈ ਤਾਂ ਜੁਰਮਾਨਾ ਨਹੀਂ ਵਸੂਲਿਆ ਜਾ ਸਕਦਾ 1 ਰੁਪਿਆ ਨਹੀਂ ਵਸੂਲਿਆ ਜਾ ਸਕਦਾ ਮੇਰੇ ਕੋਲ ਆਰਡਰ ਨੇ ਸਪੈਸੀਫਿਕ ਆਰਡਰ ਨੇ ਹੁਣ ਸੁਪਰੀਮ ਕੋਰਟ ਚਲੇ ਗਈ ਆਪਰੇਸ਼ਨ ਹਾਈ ਕੋਰਟ ਦੇ ਆਰਡਰ ਸੀਗੇ ਡਿਵੀਜ਼ਨ ਬੈਂਚ ਨੇ ਉਹਨੂੰ ਕੰਟੀਨਿਊ ਕੀਤਾ ਹੁਣ ਤਾਂ ਸੁਪਰੀਮ ਕੋਰਟ ਚਲਾ ਗਿਆ ਉਹ ਆਰਡਰ ਮ ਠੀਕ ਹੈ ਦੂਜੇ ਨੰਬਰ ਤੇ ਜਿੱਥੋਂ ਤੱਕ ਪਰਚੇ ਦਾ ਸਵਾਲ ਹੈ ਐਫ ਆਈ ਆਰਜ਼ ਇਹਨਾਂ ਨੇ ਲਿਖੀਆਂ ਹੋਈਆਂ ਉਹ ਤੇ ਮੈਂ ਜਦੋਂ ਜਾਹਤ ਜਾ ਰਹੀ ਐ ਮੈਂ ਤਾਂ ਇੱਥੋਂ ਤੱਕ ਕਿਹਾ ਹੋਇਆ ਸੁਪਰੀਮ ਕੋਰਟ ਤੇ ਜਦੋਂ ਇਹ ਆਪਣਾ ਪਾਰਟ ਪਰਫਾਰਮ ਨਹੀਂ ਕਰਦੇ ਐਨ ਜੀਟੀ ਦੇ ਆਰਡਰ ਨਾਲ ਵੀ ਇਦਾਂ ਹੀ ਕਰਿਆ ਉਹਨਾਂ ਨੇ ਕਿਹਾ ਸੀ ਫ੍ਰੀ ਹੈਪੀ ਸੀਡਰ ਦੋ ਆਪਣਾ ਪਾਰਟ ਪਰਫਾਰਮ ਨਹੀਂ ਕੀਤਾ ਪਰਚੇ ਦਰਜ ਕਰਨੇ ਤੇ ਤੁਸੀਂ ਦੇਖੋ ਸਾਡੀ ਤਰਾਸ ਦੀ ਸਾਡੇ ਮਤਲਬ ਸਿਸਟਮ ਕਿੰਨਾ ਮਤਲਬ ਉਹ ਹੋ ਗਿਆ ਆਪਣਾ ਪਾਰਟ ਪਰਫਾਰਮ ਨਹੀਂ ਕੀਤਾ ਕਿਸਾਨਾਂ ਤੋਂ ਲੈ ਲਓ ਕਿਸਾਨਾਂ ਦਾ ਜਨਕਰੀ ਜਿਹੜੀ ਦੇਣੀ ਸੀਗੀ ਉਹ ਦਿੱਤੀ ਨਹੀਂ ਜਿਹੜੀ ਇਸ ਪਰਾਲੀ ਨੂੰ ਰਹਿਤ ਖੂਦ ਨੂੰ ਖਤਮ ਕਰਨ ਵਾਸਤੇ ਮਸ਼ੀਨਰੀ ਦੇਣੀ ਸੀ ਉਹ ਦਿੱਤੀ ਨਹੀਂ ਉਲਟਾ ਜੁਰਮਾਨੇ ਤੇ ਪਰਚਿਆਂ ਤੱਕ ਦੀ ਗੱਲ ਉਹ ਕਰ ਦਿੱਤੀ ਸਰ ਮਸ਼ੀਨਰੀ ਉੱਥੇ ਤਾਂ ਇਹ ਕਿਹਾ ਹੋਇਆ ਸੀ ਵੀ ਤੁਸੀਂ ਕਿਸਾਨਾਂ ਦੇ ਖੇਤਾਂ ਚੋਂ ਚੱਕ ਕੇ ਪਰਾਲੀ ਇੱਕ ਜਗ੍ਹਾ ਵੀ ਦਿਓ ਪਿੰਡ ਦੇ ਵਿੱਚ ਸਾਂਝੀ ਜਿੱਥੇ ਸਟੋਰ ਕੀਤੀ ਜਾਵੇ ਜਾਂ ਤੁਸੀਂ ਖਰੀਦ ਕੇ ਲੈ ਕੇ ਜਾਓ ਤੁਸੀਂ ਉਹਦੀ ਟਰਾਂਸਪੋਰਟੇਸ਼ਨ ਕਾਸਟ ਦਿਓ ਜਾਂ ਤੁਸੀਂ ਗੱत्ता ਫੈਕਟਰੀ ਜਾਂ ਕੋਈ ਹੋਰ ਬਾਇਓਮਾਸ ਪਲਾਂਟ ਕਾਗਜ਼ਾਂ ਚ ਲਾਤੇ ਕਰੋੜਾਂ ਰੁਪਇਆ ਖਰਚ ਕਰਤਾ ਤੁਸੀਂ ਇੱਕ ਸਕਸੈਸਫੁਲ ਦਿਖਾਓ ਨਾ ਅੱਜ ਅੱਜ ਦੇ ਸਮੇਂ ਦੇ ਵਿੱਚ ਹੁਣ ਕੋਈ ਸਰਕਾਰ ਦੇ ਹੁਣ ਕਰੋਨਾ ਚੱਲਦਾ ਸੀਗਾ ਹੁਣ ਐਜੀਟੇਸ਼ਨ ਚੱਲਦੇ ਨੇ ਕੋਈ ਸਾਹਮਣੇ ਆਇਆ ਵੀ ਉਹੀ ਹੈਪੀ ਸੀਟਰਾਂ ਦਿੱਤੀਆਂ ਜਾ ਰਹੀਆਂ ਨੇ ਸਬਸਿਡੀ ਤੇ ਜਾਂ ਅੱਜ ਕੋਈ ਧਿਆਨ ਹੈ ਸਰਕਾਰ ਦਾ ਇਸ ਵੇਲੇ ਇਸ ਪਾਸਿਓਂ ਚੱਲ ਰਿਹਾ ਕੁਝ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਐਫੀਡੇਵਿਟ ਫਾਈਲ ਕੀਤੇ ਜਾ ਰਹੇ ਨੇ ਸੁਪਰੀਮ ਕੋਰਟ ਮਤਲਬ ਤਾਂ ਹੀ ਪ੍ਰੈਕਟੀਕਲ ਨਹੀਂ ਕੋਰਟ ਨੇ ਤਾਂ ਇਹ ਗੱਲ ਅਬਜ਼ਰਵ ਕੀਤੀ ਹੋਈ ਆ 6 ਨਵੰਬਰ ਵਾਲੇ ਆਰਡਰ ਚ ਵੀ ਇਹ ਇਹਦੇ ਵਿੱਚ ਕਿਸਾਨਾਂ ਦਾ ਕੋਈ ਦੋਸ਼ ਨਹੀਂ ਜਦੋਂ ਉਹਨਾਂ ਨੇ ਸੁਣਿਆ ਮੈਂ ਰਿਐਲਿਟੀ ਦੱਸੀ ਹੈ ਅਗਰ ਕਿਸਾਨਾਂ ਨੂੰ ਤੁਸੀਂ ਰੋਕ ਕੇ ਜੇਲਾਂ ਭਰ ਦੋਗੇ ਆਪਾਂ ਭੁੱਖੇ ਮਰਾਂਗੇ ਸਾਰੇ ਲੋਕ ਕਿਉਂਕਿ ਇਹ ਉਹ ਸੀਜ਼ਨ ਹੈ ਜਿਸ ਚ ਕਣਕ ਲਾਣ ਦਾ ਟਾਈਮ ਲਾਸਟ ਅਕਤੂਬਰ ਦਾ ਲਾਸਟ ਹਫਤਾ ਹੁੰਦਾ ਜੇ ਪਰਾਲੀ ਖੇਤਾਂ ਚ ਪਈ ਰਹੂਗੀ ਕਣਕ ਕਿਦਾਂ ਬੀਜੂਗਾ ਕਿਸਾਨ ਅੱਛਾ ਬਹੁਤ ਸੁਝਾਅ ਦਿੰਦੇ ਨੇ ਲੋਕ ਜੀ এনवायरमेंट ਖਰਾਬ ਹੁੰਦਾ ਹੈ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਸਾਹ ਦੀ ਦਿੱਕਤ ਆਉਂਦੀ ਹੈ ਤੁਹਾਨੂੰ ਵੀ ਸਾਨੂੰ ਵੀ ਸਾਰਿਆਂ ਨੂੰ ਪਤਾ ਹੈ ਦਿੱਲੀ ਤੱਕ ਧੂਆ ਕਹਿੰਦੇ ਜਾਂਦਾ ਏ ਤੇ ਇਹ ਜਿਹੜੀਆਂ ਚੀਜ਼ਾਂ ਨੇ ਪਰ ਜਦੋਂ ਸਰਕਾਰ ਆਪਣਾ ਪਾਰਟ ਪਲੇ ਨਹੀਂ ਕਰਦੀ ਫਿਰ ਕਿਸਾਨ ਕੀ ਕਰੇ ਸਵਾਲ ਮੈਂ ਇਹ ਕੁਐਸਚਨ ਰੇਜ਼ ਕੀਤਾ ਸੀ ਬੈਂਚ ਦੇ ਅੱਗੇ ਨਵੰਬਰ ਚ ਕੋਰਟ ਨੂੰ ਮੈਂ ਕਿਹਾ ਸੀ ਵੀ ਤੁਸੀਂ ਇੱਕ ਵਾਰ ਡਾਟਾ ਤਾਂ ਮੰਗਾਓ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਤੇ ਸੁਪਰੀਮ ਕੋਰਟ ਨੇ ਡਾਟਾ ਮੰਗਾਇਆ ਉਹਦਾ ਡਾਟਾ ਸ਼ੌਕਿੰਗ ਆਇਆ 28% ਪੋਲੂਸ਼ਨ ਦਿੱਲੀ ਚ ਉਸ ਦਿਨ ਹੋ ਰਿਹਾ ਸੀ ਇਹ ਨਵੰਬਰ ਦੀ ਗੱਲ ਆ ਉਦੋਂ ਹੋ ਸਕਦਾ ਪਰਾਲੀ ਥੋੜੀ ਬਹੁਤ ਘਟ ਗਈ ਹੋਵੇ 28% ਹੋ ਰਿਹਾ ਸੀ ਜਿਹੜਾ ਆਵਾਜਾਈ ਵੀਕਲਰ ਕਾਰਾਂ ਤੋਂ 30% ਹੋ ਰਿਹਾ ਸੀ ਇੰਡਸਟਰੀ ਤੋਂ ਬਾਕੀ ਗੈਬੇਜ ਜਾਂ ਜਿਹੜਾ ਹੋਰ ਇਹ ਵਰਣ ਕਰਦੇ ਨੇ ਉੱਥੇ ਉਹਦੇ ਤੋਂ ਜਿਹੜਾ ਰੂਟੀਨ ਐਲ ਪੀ ਜੀ ਗੈਸ ਹੈ ਉਹ ਯੂਜ਼ ਹੁੰਦੀ ਹੈ ਉਹ ਤੋਂ ਐਗਰੀਕਲਚਰ ਤੋਂ 5% ਇਹ ਔਨ ਰਿਕਾਰਡ ਹੈ ਸਪਰੀਮ ਕੋਰਟ ਦਾ ਆਰਡਰ ਹੈ ਰੀਪਰੋਡਿਊਸ ਕਰਾਇਆ ਹੋਇਆ ਮੈਂ ਆਰਡਰ ਦੇ ਵਿੱਚ ਆਰਡਰ ਤੋਂ ਬਾਅਦ ਰੌਲਾ ਤਾਂ ਪ੍ਰਾਲੀ 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 ਦਾ ਹੀ ਪੈਂਦਾ ਮੈਂ ਇਹੀ ਕਹਿੰਦਾ ਸੀ 20 ਦਿਨ ਲਈ ਅੱਗ ਲਾਉਂਦਾ ਹੈ ਕਿਸਾਨ ਜਿਹੜਾ ਕਿ ਲਾਣਾ ਨਹੀਂ ਚਾਹਦਾ ਕਿਸਾਨ ਦਾ ਕੋਈ ਦੋਸ਼ ਨਹੀਂ ਇਹਨਾਂ ਨੇ ਉਹਨੂੰ ਹੱਲ ਨਹੀਂ ਦਿੱਤਾ ਕੋਈ ਜਿੰਨੀਆਂ ਯੂਨੀਵਰਸਿਟੀ ਐਗਰੀਕਲਚਰ ਰਿਸਰਚ ਸੈਂਟਰ ਨੇ ਇਹਨਾਂ ਨੂੰ ਠੱਪ ਕਰਕੇ ਜਿਹੜਾ ਇਹਨਾਂ ਤੇ ਖਰਚਾ ਆਉਂਦਾ ਕਿਸਾਨਾਂ ਨੂੰ ਦੇ ਦਿਓ ਡਾਇਰੈਕਟ ਤੁਸੀਂ ਕਿਸਾਨ ਆਪਣਾ ਕਰਾਏ ਤੋਂ ਲੈ ਕੇ ਕਰਾਵੇ ਜਿਵੇਂ ਮਰਜ਼ੀ ਨਿਪਟਾਵੇ ਪਰ ਜੇ ਤੁਸੀਂ ਕਿਸਾਨਾਂ ਦਾ ਗਲ ਘੁੱਟੋਗੇ ਕਿਸਾਨ ਤੇ ਪਹਿਲਾਂ ਹੀ ਮਤਲਬ ਮਰਿਆ ਹੋਇਆ ਹੈ ਔਰ ਇਸ ਇਸ ਰੀਜ਼ਨ ਕਰਕੇ ਇਹ ਕੋਰਟ ਦੇ ਵਿੱਚ 2400 ਰੁਪਿਆ ਵੀ ਦਵਾਇਆ ਕਿਸਾਨਾਂ ਨੂੰ ਇਹ ਪੰਜਾਬ ਹਰਿਆਣਾ ਤੇ ਯੂਪੀ ਵਾਲਿਆਂ ਨੂੰ ਆਰਡਰ ਬਾਏ ਆਰਡਰ ਐਡਵੋਕੇਟ ਸਾਹਿਬ ਇਹ ਪਤਾ ਲੱਗ ਸਕਦਾ ਵੀ ਜਿਹੜਾ ਜਿੰਨੇ ਪੈਸੇ ਪੰਜਾਬ ਨੂੰ ਦੇਣੇ ਚਾਹੀਦੇ ਸੀ ਕਿੰਨੇ ਦੇਣੇ ਚਾਹੀਦੇ ਸੀ ਕਿੰਨੀ ਅਮਾਉਂਟ ਹੈ ਕਿੰਨੀ ਦਿੱਤੀ ਦੇਖੋ ਇਹ ਇਹਨਾਂ ਨੇ ਐਪਲੀਕੇਸ਼ਨਾਂ ਦੇ ਕੇ ਰੱਖੀਆਂ ਹੋਈਆਂ ਐਫੀਡੇਵਿਡ ਇਹਨਾਂ ਦਾ ਹੈਗਾ ਜਿਸ ਇਹਨਾਂ ਨੇ ਇਹ ਮੰਨਿਆ ਵੀ ਸਿਰਫ ਅਸੀਂ ਇੰਨੀ ਅਮਾਉਂਟ ਰਿਲੀਜ਼ ਕੀਤੀ ਹੈ ਉਹ ਵੀ ਤੁਹਾਡੇ ਚੈਨਲ ਦੇ ਜ਼ਰੀਏ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਜਾਊਗਾ ਜਿੱਥੇ ਚੀਫ ਸਕੱਰੇਟਰੀ ਪੰਜਾਬ ਦਾ ਐਫੀ ਡੈਵਿਡ ਹਾਈ ਕੋਰਟ ਤੇ ਚ ਲੱਗਾ ਹੋਇਆ ਉਹ ਉਹਦੇ ਚ ਇਹਨਾਂ ਨੇ ਮੰਨਿਆ ਵੀ ਅਸੀਂ ਪੂਰੀ ਅਮਾਉਂਟ ਹਲੇ ਰਿਲੀਜ਼ ਨਹੀਂ ਕੀਤੀ ਸਿਰਫ ਦੋ ਡਿਸਟ੍ਰਿਕਟਸ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀ ਉਹਦੇ ਚ ਕੋਈ ਇਹਨਾਂ ਨੂੰ ਫਾਲਟ ਪੈ ਗਿਆ ਕਿਉਂਕਿ 7 ਦਿਨ ਚ ਰਿਲੀਜ਼ ਕਰਨ ਲਈ ਕਿਹਾ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ 1 ਰੁਪਿਆ ਨਹੀਂ ਰਿਲੀਜ਼ ਕੀਤਾ ਹੋਰ ਕਿਤੇ ਪਹੁੰਚੇ ਨਹੀਂ ਤੇ ਜਿਹੜਾ 2400 ਰੁਪਏ ਵਾਲੀ ਗੱਲ ਹੈ ਉਹ ਇਸ ਵਾਰ ਵੀ ਦੇਣਦਾਰ ਹੈ ਸਰਕਾਰ ਇਸ ਵਾਰ ਆਰਡਰ ਪਿਛਲੇ ਸਾਲ ਲਈ ਸੀ ਇਸ ਵਾਰ ਮੈਂ ਮੰਗ ਰਿਹਾ ਇਹਨਾਂ ਤੋਂ ਅੱਜ ਵੀ ਇਸ ਗੱਲ ਕਰਕੇ ਹੀ ਕੋਰਟ ਨੇ ਕਿਹਾ ਔਨਰੇਬਲ ਚੀਫ ਜਸਟਿਸ ਸਪੈਸ਼ਲੀ ਪ੍ਰੋਵਾਈਡ ਮੀ ਦੀ ਟਾਈਮ ਥੈਟ ਮਿਸਟਰ ਬਾਗੜੀ ਵੀ ਵਿਲ ਹਰਡ ਯੂ ਔਨ ਦੀ ਨੈਕਸਟ ਡੇਟ ਆਫ ਹੈਰਿੰਗ ਆਈ ਹੈਵ ਕਲੈਰੀਫਾਈਡ ਥੈਟ ਥਿਸ ਇਜ਼ ਦੀ ਰੀਅਲ ਪੋਜੀਸ਼ਨ ਥਿਸ ਇਜ਼ ਅ ਗਰਾਊਂਡ ਰਿਐਲਿਟੀ ਦੀ ਪ੍ਰੋਬਲਮਸ ਵਿਚ ਦੀ ਫਾਰਮਰਸ ਆਰ ਫੇਸਿੰਗ ਇਨ ਰਿਐਲਿਟੀ ਸੋ ਦਿ ਕੋਰਟ ਸੈਟ ਵੀ ਔਨ ਦਿ ਨੈਕਸਟ ਡੇਟ ਆਫ ਹੇਅਰਿੰਗ ਅਸੀਂ ਤੁਹਾਨੂੰ ਸੁਣਾਵਾਂਗੇ ਪਰ ਇਥੇ ਇੱਕ ਸਵਾਲ ਹੈ ਵੀ ਹੁਣ ਤੁਸੀਂ ਹਰ ਸਾਲ ਕਿਵੇਂ ਕੋਰਟ ਦੇ ਵਿੱਚ ਜਾਓਗੇ ਹਰ ਸਾਲ ਕਿਵੇਂ ਉਹਨਾਂ ਤੇ ਪਾਸ ਕਰਾ ਕੇ ਲਿਆ ਕਰੋਗੇ ਤਾਂ ਕਾਨੂੰਨ ਬਣ ਜਾਣਾ ਚਾਹੀਦਾ ਸੀਗਾ ਇਹ ਤਾਂ ਆਰਡਰ ਹੀ ਕਰਵਾਤਾ ਹਮ ਆਰਡਰ ਸੁਪਰੀਮ ਕੋਰਟ ਦੇ ਆਰਡਰ ਤੋਂ ਕੋਈ ਉੱਤੇ ਆਰਡਰ ਹੈ ਮੈਂ ਤਾਂ ਤੁਹਾਨੂੰ ਆਰਡਰ ਦੇ ਰਿਹਾ ਕੋਰਟ ਇਸ ਤੋਂ ਵੱਡੀ ਡਾਇਰੈਕਸ਼ਨ ਕੀ ਦੇ ਸਕਦੀ ਹੈ ਕਿ ਤੁਸੀਂ ਪਾਲਿਸੀ ਪੱਕੀ ਲੈ ਕੇ ਆਓ ਮੈਂ ਤਾਂ ਪੈਰਾ ਹੀ ਇਸ ਕਰਕੇ ਬਣਾ ਸਰਕਾਰ ਨੇ ਉਸ ਤੇ ਆਈ ਨਹੀਂ ਨਾ ਸਰਕਾਰ ਹੁਣ ਕਿਉਂ ਬੈਕ ਫੂਟਿੰਗ ਤੋਂ ਦੌੜਦੇ ਆ ਜਦੋਂ ਵੀ ਮੈਂ ਇਹਨੂੰ ਰੀਡ ਆਊਟ ਕਰਦਾ ਐਪਲੀਕੇਸ਼ਨ ਮੂਵ ਕਰਾਈ ਆ ਜਾਂ ਕੀਤੀ ਆ ਕਿਸੇ ਨੇ ਇਹ ਵੀ ਕੁਐਸਚਨੇਬਲ ਹੈ ਇਹ ਕੌਣ ਸੀ ਪਤਾ ਨਹੀਂ ਲੱਗਿਆ ਕਿਸੇ ਵੱਲੋਂ ਸੀਗਾ ਇਹ ਵੀ ਨਹੀਂ ਪਤਾ ਲੱਗਿਆ ਇਹ ਵੱਡੀ ਰਾਸ਼ਾ ਇੱਕ ਐਡਵੋਕੇਟ ਸਾਹਿਬ ਨੇ ਉਹਨਾਂ ਨੇ ਫਾਈਲ ਕੀਤੀ ਹੈ ਕਿਹਦੇ ਵੱਲੋਂ ਫਾਈਲ ਕੀਤੀ ਆ ਕਿਉਂਕਿ ਮੈਨੂੰ ਕਾਪੀ ਹੀ ਐਡਵਾਂਸ ਕਾਪੀ ਵੈਸੇ ਦੇਣੀ ਬਣਦੀ ਹੈ ਮੈਨੂੰ ਤਾਂ ਕਾਪੀ ਨਹੀਂ ਮਿਲੀ ਇੱਕ ਉੱਥੇ ਆਨਲਾਈਨ ਹਿਅਰਿੰਗ ਹੁੰਦੀ ਹੈ ਫਾਈਲਿੰਗ ਵੀ ਆਨਲਾਈਨ ਹੀ ਹੁੰਦੀ ਹੈ ਸੁਪਰੀਮ ਕੋਰਟ ਜਾਣ ਦੀ ਤੁਹਾਨੂੰ ਲੋੜ ਨਹੀਂ ਗਈ ਇੱਥੋਂ ਹੀ ਆਨਲਾਈਨ ਆਨਲਾਈਨ ਹੀ ਆਰਗੂਮੈਂਟਸ ਹੁੰਦੇ ਨੇ ਮੈਨੂੰ ਡੀਟੇਲ ਚ ਸੁਣਿਆ ਮੈਂ ਇਹ ਵੀ ਰੇਜ਼ ਕੀਤਾ ਵੀ ਇਹਦੀ ਕਾਪੀ ਵੀ ਜਿਹੜੀ ਹੈ ਸਾਨੂੰ ਪ੍ਰੋਵਾਈਡ ਕੀਤੀ ਜਾਵੇ ਜੀ ਜੀ ਚਲੋ ਬਹੁਤ ਧੰਨਵਾਦ ਚਰਨਪਾਲ ਸਿੰਘ ਬਾਗੜੀ ਜੀ ਗੱਲਬਾਤ ਕਰਨ ਦੇ ਲਈ ਸੋ ਅਸੀਂ ਇਹ ਗੱਲਬਾਤ ਇਸ ਲਈ ਦਿਖਾਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਬਹੁਤ ਸਾਰੀਆਂ ਕਾਰਵਾਈਆਂ ਹੋ ਸਕਦੀਆਂ ਨੇ ਪਰ ਜਿਵੇਂ ਐਡਵੋਕੇਟ ਸਾਹਿਬ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਡਾਇਰੈਕਸ਼ਨਸ ਕੀਤੀਆਂ ਹੋਈਆਂ ਨੇ ਪਿਛਲੇ ਸਾਲ ਵੀ 2400 ਰੁਪਏ ਪ੍ਰਤੀ ਏਕੜ ਦੇਣ ਦੀ ਗੱਲ ਸੀਗੀ ਉਹ ਸਰਕਾਰ ਨੇ ਹਾਲੇ ਤੱਕ ਨਹੀਂ ਦਿੱਤਾ ਤੇ ਇਹ ਵੀ ਕੋਸ਼ਿਸ਼ ਹੈ ਕਿ ਇਸ ਵਾਰ ਵੀ ਦਬਾਉਣ ਦੀ ਕੋਸ਼ਿਸ਼ ਕਰਨਗੇ ਪਰ ਪਾਲਿਸੀ ਜਿਹੜੀ ਬਣਾਉਣੀ ਸੀਗੀ ਉਹ ਬਣਾਈ ਨਹੀਂ ਮਸ਼ੀਨਰੀ ਜਿਹੜੀ ਦਿੱਤੀ ਸੀ ਦੇਣੀ ਸੀਗੀ ਉਹ ਦਿੱਤੀ ਨਹੀਂ ਹੈਗੀ ਉਲਟਾ ਇੰਨਾ ਜ਼ਰੂਰ ਹੈ ਕਿ ਤੁਸੀਂ ਜੁਰਮਾਨੇ ਨਾ ਦਿਓ ਕਿਉਂਕਿ ਇਹ ਜਿਹੜਾ ਪਿਛਲੀ ਵਾਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਆਰਡਰ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਹਾਲੇ ਇਹ ਗੱਲ ਚੱਲ ਰਹੀ ਹੈ ਤੇ ਜੁਰਮਾਨਾ ਨਹੀਂ ਕੀਤਾ ਜਾ ਸਕਦਾ ਜੁਰਮਾਨਾ ਨਹੀਂ ਵਸੂਲਿਆ ਜਾ ਸਕਦਾ ਪਰ ਇੰਨਾ ਜ਼ਰੂਰ ਹੈ ਕਿ ਵਾਤਾਵਰਨ ਨੂੰ ਬਚਾਉਣ ਦੇ ਲਈ ਜੇ ਕੋਈ ਕੋਸ਼ਿਸ਼ ਆਪਣੇ ਤੌਰ ਤੇ ਚਾਵੇ ਜੇ ਉਹ ਆਪਣੇ ਉਹਦਾ ਅਸਰਦਾ ਹੈ ਕਿ ਪ੍ਰਾਲੀ ਨੂੰ ਅੱਗ ਲਾਏ ਨਾ ਬਿਨਾ ਪਰਾਲੀ ਨੂੰ ਨਾ ਅੱਗ ਲਾਏ ਬਿਨਾ ਉਹਦਾ ਸਰਦਾ ਤਾਂ ਜ਼ਰੂਰ ਵਾਤਾਵਰਨ ਨੂੰ ਬਚਾਉਣ ਲਈ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਫਿਲਹਾਲ ਸਰਕਾਰਾਂ ਨੂੰ ਨੀਤੀਆਂ ਬਣਾਉਣ ਦੀ ਲੋੜ ਹੈ ਤੇ ਕਿਸਾਨ ਦੀ ਬਾਹ ਫੜਨ ਦੀ ਲੋੜ ਹੈ। ਕੈਮਰਾਮੈਨ ਪਰਵਿੰਦਰ ਦੇ ਨਾਲ ਰਣਵੀਰ ਸਿੰਘ ਰਾਣਾ।